ਪ੍ਰਦੀਪ ਕੁਮਾਰ ਨੇ ਪੁਲਿਸ ਚੌਂਕੀ ਉੱਗੀ ਦਾ ਚਾਰਜ ਸੰਭਾਲਿਆ। ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਾਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਐਸਆਈ ਪ੍ਰਦੀਪ ਕੁਮਾਰ ਥਾਣਾ ਸਦਰ ਨਕੋਦਰ ਅਧੀਨ ਪੈਂਦੀ ਪੁਲਿਸ ਚੌਂਕੀ ਉੱਗੀ ਵਿਖੇ ਪੁਲਿਸ ਚੌਂਕੀ ਲਸਾੜਾ ਤੋਂ ਬਦਲ ਕੇ ਆਏ ਐਸਆਈ ਸ਼੍ਰੀ ਪ੍ਰਦੀਪ ਕੁਮਾਰ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਐਸਆਈ ਪ੍ਰਦੀਪ ਕੁਮਾਰ ਨੇ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਨੂੰ ਇਲਾਕੇ ਦਾ ਮਾਹੌਲ ਖਰਾਬ ਨਹੀਂ ਕਰਨ ਦੇਵਾਂਗੇ। ਉਹਨਾਂ ਕਿਹਾ ਮਾੜੇ ਅਨਸਰ ਜਾਂ ਤਾਂ ਇਲਾਕਾ ਛੱਡ ਜਾਣ ਜਾਂ ਕ੍ਰਾਈਮ ਉਹਨਾਂ ਕਿਹਾ ਉਹ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਹਿਣਗੇ। ਕੇਟੀਵੀ ਪੰਜਾਬ ਲਈ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ। ਇਹ ਹਾਂਜੀ ਸਰ, ਪੁਲਿਸ ਚੌਂਕੀ ਉੱਗੀ ਦਾ ਚਾਰਜ ਸੰਭਾਲਿਆ ਸਰ, ਵੈਲਕਮ ਸਰ ਆਪ ਜੀ ਦਾ। ਅਤੇ ਸਰ ਕੀ ਕਹਿਣਾ ਚਾਹੋਗੇ ਜੀ? ਮੇਰਾ ਨਾਮ ਜੀ ਐਸਆਈ ਪ੍ਰਦੀਪ ਕੁਮਾਰ ਹੈ। ਮੈਂ ਉੱਗੀ ਚੌਂਕੀ ਦੇ ਵਿੱਚ ਪੋਸਟਡ ਹੋਇਆ ਅਤੇ ਇਸ ਤੋਂ ਪਹਿਲਾਂ ਮੈਂ ਲਸਾੜੇ ਸੀ। ਉੱਥੇ ਵੀ ਮੈਂ ਨਸ਼ਿਆਂ ਦੇ ਵਿਰੁੱਧ ਬਹੁਤ ਕੇਸ ਰਜਿਸਟਰ ਕੀਤੇ ਨੇ ਅਤੇ ਮੈਂ ਇੱਥੇ ਵੀ ਲੋਕਾਂ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਮੈਂ ਨਸ਼ੇ ਦੇ ਉੱਪਰ ਪੂਰੀ ਤਰ੍ਹਾਂ ਦੀ ਠੱਲ ਪਾ ਕੇ ਰੱਖਾਂਗਾ। ਲੋਕਾਂ ਦਾ ਸਾਥ ਵੀ ਇਸ ਕੰਮ ਦੇ ਵਿੱਚ ਹੋਣਾ ਚਾਹੀਦਾ ਆ। ਲੋਕਾਂ ਦੇ ਯੋਗਦਾਨ ਦੇ ਨਾਲ ਨਸ਼ੇ ਦੇ ਉੱਪਰ ਪੂਰਾ ਕੰਟਰੋਲ ਕਰਾਂਗੇ ਕਿ ਅਸੀਂ ਹਰ ਤਰੀਕੇ ਨਾਲ ਕੰਟਰੋਲ ਕਰਾਂਗੇ। ਬਾਕੀ ਇਸ ਇਲਾਕੇ ਦੇ ਵਿੱਚ ਕੁਛ ਕੁ ਗੁੱਡਾ ਖੂਹਾਂ ਦੀਆਂ ਵਾਰਦਾਤਾਂ ਬਾਰੇ ਮੈਨੂੰ ਪਤਾ ਲੱਗਾ ਕਿ ਜ਼ਿਆਦਾ ਹੋ ਰਹੀਆਂ ਨੇ, ਉਹ ਵੀ ਨਸ਼ੇ ਦੇ ਕਾਰਨ ਹੋ ਰਹੀਆਂ ਨੇ। ਅਤੇ ਉਹਦੇ ਲਈ ਅਸੀਂ ਪੂਰੀ ਆਪਣੀ ਗਸ਼ਤ ਕਰਕੇ ਅਤੇ ਇਹਨਾਂ ਦੇ ਉੱਪਰ ਵੀ ਆਪਾਂ ਪੂਰਾ ਕਾਬੂ ਕਰਾਂਗੇ। ਸਰ ਕੋਈ ਇਹੋ ਜਿਹਾ ਹਜੇ ਮਾੜਾ ਅਨਸਰ ਕੋਈ ਨੋਟਿਸ ਦੇ ਵਿੱਚ ਆਇਆ ਜੀ? ਲੋਕਾਂ ਨੇ ਸੁਣਨ ਮੁਤਾਬਕ ਲੋਕਾਂ ਨੇ ਦੱਸਿਆ ਜੀ ਕਿ ਇੱਥੇ ਥੋੜ੍ਹੀ ਜਿਹੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਜ਼ਿਆਦਾ ਆ ਜੀ, ਅਤੇ ਰਸਤੇ ਦੇ ਵਿੱਚ ਲੋਕਾਂ ਨੂੰ ਜਿਹੜੇ ਨਸ਼ੇ ਵਾਲੇ ਨੇ ਰੋਕ ਕੇ ਇਹਨਾਂ ਨਾਲ ਤੰਗ ਕਰਦੇ ਆ ਅਤੇ ਮੈਂ ਇਸ ਚੀਜ਼ ਦੇ ਉੱਪਰ ਪੂਰਾ ਕੰਟਰੋਲ ਕਰਾਂਗਾ। ਸਰ ਕਿੰਨੇ ਮੁਲਾਜ਼ਮ ਕੰਮ ਕਰ ਰਹੇ ਜੀ ਪੁਲਿਸ ਚੌਂਕੀ ਉੱਗੀ 'ਚ? ਮੇਰੇ ਕੋਲ ਜੀ 6 ਤੋਂ 7 ਮੁਲਾਜ਼ਮ ਨੇ ਜੀ ਉੱਗੀ ਚੌਂਕੀ ਦੇ ਵਿੱਚ, ਜਿਹਨਾਂ ਵਿੱਚੋਂ ਇੱਕ ਕੁੜੀ ਆ ਉਹ ਛੁੱਟੀ 'ਤੇ ਆ, ਫਿਲਹਾਲ ਮੱਛੀ ਦਾ ਕੰਮ ਕਰਦੀ ਆ, ਬਾਕੀ ਅਸੀਂ 6-7 ਦੇ ਮੁਲਾਜ਼ਮ ਹਾਂ।